ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਬਾਈ ਸ਼ੇਰੇ ਨਾਲ ਪਹੁੰਚ ਚੁੱਕੇ ਆ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਡੇਰੇ ਬਾਬਾ ਨਾਨਕ। ਦੇਖੋ ਅੱਜ ਵੀ ਬਾਈਆਂ ਕੋਈ 7-8 ਦੇ ਲਗਭਗ ਮੱਝਾਂ ਝੋਟੇ ਸੇਲ ਹੈ ਜੀ। ਜਾਓ ਹੁਣ ਬਾਈ ਜੀ ਨੇ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ, ਸਤਿ ਸ਼੍ਰੀ ਅਕਾਲ, ਬਹੁਤ ਸਾਰੇ ਹੋਰ ਸੁਣਾਓ ਜੀ। ਵਧੀਆ ਵਧੀਆ, ਅੱਜ ਵੀਰ ਤੂੰ ਮਾਰਿਆ ਸਾਡੇ 'ਤੇ ਛਾਪਾ। ਸੋਹਣੀ ਝੋਟੀ ਆ ਤੇ ਪਹਿਲਾਂ ਸੂਹਾ ਝੋਟੀ ਆ ਤੇ ਥਣ ਵੇਖੋ ਹੁਣ ਕਿਹੜਾ ਲੱਗ। ਹੁਣ ਦੂਜਿਆ ਸਮਾਨ ਕਿੰਨਾ ਕਰੋ ਤੂੰ ਤੇ ਬਾਈ ਜੀ, 11-12 ਕਿਲੋ ਪਹਿਲਾਂ ਦਊਗੀ ਚੰਗੀ। ਹੁਣੀ ਲਿਆਂਦੀ ਤੁਹਾਡੇ ਗਾੜੀ ਗਾੜੀ ਦੇ ਨਾਲ, ਬਸ ਗੋਹਾ ਹੀ ਲਾਇਆ ਲਿਆ ਕੇ। ਝੋਟ ਵੀ ਚੰਗੀ ਹੈ ਫਿਰ ਕੱਟੀ ਦਿੱਤੀ ਜੋ ਮਗਰ ਮਾਲ ਵੇਖਿਆ ਫਿਰ ਆਪਣਾ ਸਾਰਾ ਝੋਟੀ ਵੱਡੀ ਆ 11 ਕਿਲੋ ਬੋਲਾ, ਤਿੰਨ ਡੰਗ ਚੋਲੇ ਸਾਡੇ ਘਰੋਂ ਆਣ ਕੇ ਇਹਨਾਂ ਆਖੇ ਚੱਡਾ ਨੀ ਦੇਣਾ ਮਾਈ, ਖਾਲੀ ਕੀਤੀ ਬਿਲਕੁਲ ਝੋਟੀ ਭਾਜੀ। 15 ਕਿਲੋ ਦੁੱਧ ਤਿਆਰ ਹੋਊਗਾ, 15 ਕਿਲੋ ਦੁੱਧ ਕੱਟੀ ਖਵਾਉਣਾ ਤੁਹਾਨੂੰ ਮਗਰੇ ਦੇ। ਇਹ ਮਈ ਦੁੱਧ ਤੇ ਚੜੀ ਜੋ ਇਹਨੂੰ 20-25 ਦਿਨ ਸੂਈ ਨੂੰ ਹੋਗੇ ਆ। ਅੱਛਾ, 15 ਕਿਲੋ ਉਹਨੇ ਦੇਣਾ ਜਿਹੜੀ 20-25 ਦਿਨ ਦੀ ਸੂਈ ਆ, ਚੌਥੇ ਦਿਨ ਦੀ ਮਈ ਨੇ 15 ਕਿਲੋ ਦੁੱਧ ਨਹੀਂ ਦੇਣਾ। ਸੰਦੀਪ ਵੀਰ ਨਾ ਅੱਗੇ ਦੁੱਧ ਝੂਠ ਬੋਲਿਆ ਨਾ ਬੋਲਾਂਗੇ। ਬਿਲਕੁਲ ਬਿਲਕੁਲ ਜੀ, ਲੋ ਜੀ ਵੀ ਮੈਂ ਦੇਖੋ ਕਿੰਨੀ ਵੱਡੀ ਆ ਤੇ 15 ਕਿਲੋ ਦੁੱਧ, 15 ਕਿਲੋ ਚਵਾਲੇ ਸਾਡੇ ਕੋਲ ਆਣ ਕੇ, ਭਾਵੇਂ ਕੋਈ ਆਨ ਟਾਈਮ 2 ਟਾਈਮ ਚਵਾਲੇ, 3 ਟਾਈਮ ਚਵਾਲੇ, ਭਾਵੇਂ ਘਰੇ ਆਣ ਕੇ ਤਸੱਲੀ ਕਰਕੇ ਲਵੇ। ਬਸ ਠੀਕ ਆ, ਤੇ ਕੱਟੀ ਕਿਹੜੀ ਜਿਹੀ ਕੱਟੀ ਆ ਵੇਖੋ, ਕਦੇ ਕੱਟੀ ਵੇਖੋ ਕਿਹਨੇ ਦੁੱਧ ਫੇਟਿਆ, ਕੱਟੀ ਨੂੰ ਸਪੈਸ਼ਲ ਕੱਟੀ ਆ। ਆ ਨਾੜਾ ਮਾਰੀ ਜਾ,
ਮਾਰੀਆਂ ਤਾਂ ਉਹਲੇ ਪਿੰਡ ਖਾਣ ਚੱਟੇ ਕੋਲ ਖਾਣ ਉਦਾਂ ਹੀ ਮੈਂ ਜੀ ਪਹਿਲਾ ਸੂਗਾ ਸੂਈ ਝੋਟੀ 10 ਤੋਂ 11 ਕਿਲੋ ਚੌਥੇ ਦਿਨ ਦੀ ਸੂਈ ਥੱਲੇ ਆ ਠੀਕ ਆ ਹੋਰ ਦੀ ਹੋਰ ਹੋ ਜਾਂਦੀ ਤਾਂ ਕਰਕੇ ਠੰਡੀ ਵੇਖੋ ਦੋਹਰੇ ਚੋਲਾਂ ਲੱਗੀਆਂ 2 ਘੰਟਿਆਂ ਬਾਅਦ ਪਤਾ ਨੀ ਤੇ ਕੈਮਰਾ ਮਾਰ ਇੱਕ ਨਾੜਾਂ ਵੇਖ ਚੱਲੇ ਜਾਣ ਕਿਤੇ ਇਧਰਲੇ ਬੰਦੇ ਲੇਵੇ ਫਿਕਸ ਦੀ ਆ ਪਰ ਸ਼ਾਮਾਂ ਨੂੰ ਬਣ ਜਾਂਦੀ ਫੁੱਲ ਕੋਈ ਗੱਲ ਨਹੀਂ ਗਾਈਆਂ ਕੋਈ ਕਿਵੇਂ ਲਿਖ ਲਈ ਜਾਂਦੇ ਹਾਂਜੀ ਗਾਈਆਂ ਕੀ ਕਰਨੀਆਂ ਗਾਈਆਂ ਮੱਝਾਂ ਦਾ ਕੰਮ ਚੱਲਦਾ ਜੇ ਮੱਝ ਹੀ ਨਹੀਂ ਚੱਲਦੀ ਉਹ ਵੇਖੀਆਂ ਮੱਝਾਂ ਆ ਜਿਹੜੀਆਂ ਅੱਛਾ ਫਿਰ ਦੋ ਵੇਖੀਆਂ ਉਹ ਬੰਦੇ ਕਰਦੇ ਪਸ਼ੂ ਘੱਟ ਹੀ ਰੱਖਦੇ ਥੋੜੇ ਜੀ ਵੇਚੀਆਂ ਪ੍ਰਧਾਨ ਤੂੰ ਸਾਰੀਆਂ ਵਕਾਤੀਆਂ ਨੇ ਭੋਡੀ ਵੀ ਦੇਤੀ ਜੇ ਲੈ ਗਏ ਭੋਡੀ ਭੋਡੀ ਵੀ ਲੈ ਗਏ ਥੋਕੜੀ ਲੈ ਗਏ ਚੋਈ ਹੈ ਨਾ ਮੈਂ ਉਸੇ ਵੇਲੇ ਤੁਹਾਡਾ ਮੂੰਹ ਲੱਗ ਜਾਂਦਾ ਆ ਕੇ ਆਈ ਅਸਮ ਲੈ ਦੇ ਕਿੰਨੀ ਦੁੱਧ ਨਹੀਂ ਪੀਂਦੀ ਜਾ ਕੇ ਟਾਈਮ ਹੀ ਥੋੜਾ ਹੀ ਹੋਣਾ ਜੀ 5-4 ਦਿਨ ਦੀ ਸੂਈ ਹੈ ਆ ਗਈ ਆ ਚਲੀ ਆ ਬੰਨ ਬੱਚਾ ਇਹ ਤਾਂ ਥਣ ਲਿਆਈ ਲੱਗ ਗਏ ਹੁਣ ਵੀਰ ਅਜੇ ਗੱਡ ਲਿਆਂ ਦੇ ਥਣ ਵੇਖੋ ਪਹਿਲਾਂ ਦਾ ਥਣ ਆ ਵੇਖੋ ਕੁਛ ਚਵਾਈ ਵੇਖੋ ਲੱਗੀ ਕੋਲੀ ਰੂਮ ਵਰਗੀ ਵੇਖ ਪ੍ਰਧਾਨ ਹੋਣੀ ਤਾਂ ਵੇਖੋ ਥਾਣ ਕੱਢਿਆ ਇਹ ਨੀ ਵੀ 10-11 ਕਿਲੋ ਆਖਤਾ ਤੇ 8 ਕਿਲੋ ਨਿਕਲੂ 9 ਕਿਲੋ ਨਿਕਲੂਗਾ ਜਿੰਨਾ ਆਖਤਾ ਓਨਾ ਹੀ ਨਿਕਲੂਗਾ ਵੀਰ ਗੱਲ ਇੱਕ ਹੋਰ ਆ ਮਹੀਆਂ ਵੇਚੀਆਂ ਨੇ ਜੇ ਕਿ ਇਹਨਾਂ ਠੱਗੀ ਮਾਰੀ ਦੋਧਾ ਝੂਠ ਬੋਲਿਆ ਸਾਡੇ ਕਮੈਂਟਾਂ ਦੇ ਵਿੱਚ ਲਿਖ ਸਕਦਾ ਆਪਣਾ ਐਡਰੈਸ ਦੱਸ ਕੇ ਲਿਖੇ ਘਰ ਉਹ ਲਾਗਤ ਬਾਜੀ ਵਾਲਾ ਨਾ ਕੋਈ ਲਿਖਦੇ ਵੀ ਮੈਂ ਠੱਗੀ ਮਾਰੀ ਆ ਆਪਣਾ ਐਡਰੈਸ ਦੱਸ ਕੇ ਤੇ ਦੱਸੇ ਵੀ ਸ਼ੇਰੇ ਨੇ ਇਸ ਕੰਮ ਦੀ ਪਹਿਲਾਂ ਮਾਈ ਜੀ ਠੱਗੀ ਮਾਰੀ ਆ ਜਾਂ ਧੋਖਾ ਕੀਤਾ ਆ ਜਾਂ ਦੁੱਧ ਘੱਟ ਨਿਕਲਿਆ ਆ ਬਿਲਕੁਲ ਬਿਲਕੁਲ ਜੀ ਅੱਜ ਮਹੀਆਂ ਚੋਈਆਂ ਅੱਗੇ ਚੋਣ ਵਾਲੀਆਂ ਦੀ ਵੀਡੀਓ ਪਾਈ ਜੀ ਘੰਟਾ ਦੋ ਟਾਈਮ ਵੀ ਲੱਗ ਜਾਂਦਾ ਆ
ਹਾਂਜੀ ਮੁੱਲ ਵੀਰੇ 95 ਕਰੀਏ 90 ਕਰੀਏ 85 ਦੀ ਦੇਣੀ ਹੈ 85 ਦੀ ਦੇਣੀ ਹੈ ਬਿਆਹ ਸਹੀ ਨਾ ਕਰੇ ਜਿਹਨੂੰ ਚੰਗੀ ਲੱਗਦੀ ਲੈ ਲੈ ਜਿਹਨੂੰ ਹੋਰ ਕਿਤੇ ਸਸਤੀਆਂ ਮਿਲਦੀ ਉੱਥੋਂ ਲੈ ਸਕਦਾ ਵੀਰ ਚਲੋ ਪਰ ਆਪਾਂ ਜੋ ਦੱਸਿਆ ਨਿਕਲੂਗਾ ਬਸ ਠੀਕ ਹੈ ਅੱਠ ਦਿਨ ਖੜਦੀ ਆ ਕੋਈ ਪਿਛਾ ਵਾਲਾ ਕੋਈ ਨੁਕਸ ਹੋਵੇ ਕੋਈ ਥਣ ਦਾ ਨੁਕਸ ਹੋਵੇ ਉਹ ਆਪਣੀ ਜ਼ਿੰਮੇਵਾਰੀ ਹੈ ਵੇਖੋ ਢਲਾਂ ਢੁਲਾਂ ਜਗਾੜ ਵੇਖੋ ਲੱਗਾ ਮੈਂ ਹਾਂਜੀ ਤਿਆਰ ਹੋਈ ਵੀ ਨਹੀਂ 95 ਦੀ ਅੱਜ ਛੱਡਦੀ ਹੈ 5000 ਪੈਸੇ ਬਾਅਦ ਦੇ ਦਿਓ ਪਰਸੋਂ ਮਹੀਂ ਦਿੱਤੀ ਆ 17 ਕਿਲੋ ਦੁੱਧ ਚਵਾ ਕੇ ਰਮਦਾਸ ਦੇ ਬੰਦਿਆਂ ਨੇ ਮਹੀਂ ਖੜੀ ਆ ਉਹ ਮੈਂ ਝੂਠਾ ਪੈ ਗਿਆ ਕਹਿੰਦੇ ਵੀਡੀਓ ਚ ਮੁੱਲ 85 ਪਾਇਆ 85 ਦੇਣਾ ਤੈਨੂੰ 17 ਕਿਲੋ ਮਹੀਂ ਦੁੱਧ ਕਰ ਗਈ 13 ਦਿਨ ਹੋ ਗਏ ਦਸੂਈ ਨੂੰ 14 ਯੁਵਰਾਜ ਦਾ ਬੱਚਾ 25,000 ਦਾ ਹਰਿਆਣੇ ਚੋਂ ਬੱਚਾ ਲਿਆਂਦਾ ਸੀ ਤੇ ਵੇਖੀ ਵੀਰੇ ਕਿੱਡਾ ਗਿਆ ਇੱਥੇ ਘੁਮਾ ਦੇ ਬੱਚਾ ਇੱਥੇ ਘੁਮਾ ਸਿੰਘ ਵੇਖ ਲੋ ਮੂੰਹ 6 ਦੰਦ ਜੋ ਜੇ ਕੀਮਤ ਫੋਨ ਤੇ ਕਰ ਲਾਂਗੇ ਜੋ ਕੋਈ ਆਖੂਗਾ ਕਰ ਦਾਂਗੇ ਪਰ ਮਾਲੀ ਚ ਨੀ ਕੋਈ ਸ਼ੱਕ ਹੈਗਾ ਕੋਈ ਘਰੇ ਫਾਰਮ ਫੂਰਮ ਵਾਲਾ ਫੋਨ ਕਰੇ ਜਿਹਨੇ ਕੋਈ ਰੱਖਣਾ ਸ਼ੌਂਕੀ ਵਾਲਾ ਦੂਜਾ ਕੋਈ ਫੋਨ ਨਾ ਲਾਵੇ ਫਾਰਮ ਫੂਰਮ ਲਾਵੇ ਜਿਹਨੇ ਕੋਈ ਚਲੋ ਘਰੇ ਡੇਲੀ ਦੂਜੇ ਨੂੰ ਰੱਖਣਾ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਬੱਚਾ ਬੁੱਚਾ ਚੰਗਾ ਥਾਣ ਵੇਖੋ ਲੱਗਾ ਕੱਟੀ ਨੂੰ ਸਪੈਸ਼ਲ 11-12 ਕਿਲੋ ਕੱਟੀ ਪਹਿਲਾਂ ਦੁੱਧ ਦਊਗੀ ਠੰਡੀ ਸੀਲ ਜੋ
ਬਾਕੀ ਵਿੱਚ ਜੀ ਨਾਂ ਮੇਰਾ ਸ਼ੇਰਾਂ 'ਚੋਂ ਪਿੰਡ ਆਪਣਾ ਰਵਾਲ ਆ, ਨਜ਼ਦੀਕ ਫਤਿਹਗੜ੍ਹ ਚੂੜੀਆਂ ਰਮਦਾਸ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਆਪਾਂ ਨੂੰ 20 ਕਿਲੋਮੀਟਰ ਹੈਗਾ ਆ, ਅਤੇ ਨੰਬਰ 97 98 19 47 425। ਥੈਂਕ ਯੂ ਜੀ, ਬਾਕੀ ਤਸੱਲੀ ਕਰਕੇ ਖੜੋ ਡੰਗਰ ਆਪਣੇ।